ਇਤਿਹਾਸ ਚੋਂ ਇੱਕ ਪੰਨਾ ਅੰਗਰੇਜ਼ਾਂ ਦਾ ਹਿੰਦੁਸਤਾਨੀਆਂ 'ਤੇ ਜ਼ੁਲਮ ਕਰਕੇ ਲਗਾਨ ਲੈਣਾ। लगान तो तुम लोगों को भरना ही पड़ेगा। Get lost! अपने पिंड वालिया ने हर साल दी तरह इस साल भी लोहड़ी का त्योहार मनाना। जिन्ना मर्जी ला पर गुच्छा निकालना। ओ मैं नहीं कीता गुच्छा। सोमे दी मां, ਮੈਂ ਤਾਂ ਕਹਿੰਦਾ ਅੱਜ ਰਾਤ ਆਪਾਂ ਪਿੰਡ ਛੱਡ ਚੱਲੀਏ। ਗਦਰ 1947 ਇੱਕ ਵਿਛੋੜਾ ਹਜ਼ਾਰਾਂ ਜ਼ਿੰਦਗੀਆਂ ਲਈ ਨਸੂਰ ਬਣ ਗਿਆ ਸੀ। ਹਮ ਉਨਕੋ ਅਲਗ ਸੇ ਪਾਕਿਸਤਾਨ ਤੋਂ ਦੇ ਸਕਤੇ ਹੈਂ, ਲੇਕਿਨ ਪੂਰੇ ਹਿੰਦੁਸਤਾਨ ਕਾ ਰਾਜ ਨਹੀਂ। ਜਾਂ ਤਾਂ ਸਾਰੇ ਹਿੰਦੁਸਤਾਨ ਦਾ ਰਾਜ ਸਾਨੂੰ ਦੇ ਦੇਣ, ਨਹੀਂ ਤਾਂ ਸਾਨੂੰ ਸਾਡਾ ਮੁਲਕ ਪਾਕਿਸਤਾਨ ਅਲੱਗ ਚਾਹੀਦਾ। ਵਿਛੜੀ ਚੱਲੀਏ ਰੱਬਾ ਦਿੱਲੀ ਕਿਉਂ ਲਾਹੌਰ ਤੋਂ, ਵਿਛੜੀ ਚੱਲੀਏ ਸਾਇਆ ਦਿੱਲੀ ਕਿਉਂ ਲਾਹੌਰ ਤੋਂ। ਮੇਰੇ ਹਿੰਦੁਸਤਾਨ ਦੇ ਦੋ ਟੁਕੜੇ ਹੋ ਜਾਣਗੇ। ਨਫ਼ਰਤ ਦੀ ਇਸ ਵੰਡ ਦੇ ਵਿੱਚ ਸੋਮ ਤੇ ਨੂਰਾਂ ਦੇ ਪਿਆਰ ਦੀ ਇੱਕ ਕਰੂੰਬਲ ਫੁੱਟੀ। ਆ ਸੋਹਣੀਆਂ ਸੋਹਣੀਆਂ ਵੀਣੀਆਂ ਤੇ ਤਿੱਤਰ ਮੋਰ ਬੜੇ ਸੋਹਣੇ ਖਣਵਾਏ ਆ। ਸੋਮ, ਜੇ ਤੂੰ ਮੇਰੀ ਜ਼ਿੰਦਗੀ 'ਚ ਨਾ ਆਉਂਦੋ ਤਾਂ ਪਤਾ ਨਹੀਂ ਮੇਰਾ ਕੀ ਹਸ਼ਰ ਹੋਣਾ ਸੀ। ਇਹ ਹਿੰਦੂ ਮੁਸਲਮਾਨਾਂ ਵਾਲੇ ਵਿਤਕਰੇ ਨੇ ਪਤਾ ਨਹੀਂ ਸਾਨੂੰ ਕਿੱਥੇ ਲੈ ਕੇ ਜਾਣਾ। ਜਾਂ ਤਾਂ ਮੁਸਲਮਾਨ ਬਣ ਜਾਓ, ਨਹੀਂ ਤਾਂ ਹਿੰਦੁਸਤਾਨ ਤਬਾਹ ਹੋ ਜਾਓ। ਲੈ ਜਲਾਲੂਦੀਨਾ, ਫੜ ਇਸ ਬਦਬਖਤ ਤੇ ਪਾਗਲ ਕੁੜੀ ਨੂੰ ਤੇ ਨਾਲੇ ਸਮਝਾ ਦੇ ਇਹਨੂੰ ਲੜਕੇ ਪਾਕਿਸਤਾਨ ਲਿਆਏ। ਮੈਂ ਸੋਮ ਨੂੰ ਬਹੁਤ ਪਿਆਰ ਕਰਦੀ ਹਾਂ। ਜੇ ਸਾਡਾ ਜੀਣਾ ਇਕੱਠਿਆਂ ਨੇ ਲਿਖਿਆ ਤਾਂ ਮਰ ਤਾਂ ਇਕੱਠੇ ਸਕਦੇ ਹਾਂ। ਕਿਹੜੀਆਂ ਧੀਆਂ ਆਪਣੇ ਖਾਨਦਾਨ ਤੇ ਚਿੱਕੜ ਸੁੱਟਣ। ਨਾ ਮੈਂ ਤੈਨੂੰ ਛੱਡ ਸਕਦਾ ਤੇ ਨਾ ਆਪਣਾ ਧਰਮ। ਤੈਨੂੰ ਵੀ ਬੜਾ ਸਮਝਾਇਆ ਸੀ ਕਿ ਤੇਰਾ ਤੇ ਇਹਦਾ ਕੋਈ ਮੇਲ ਨਹੀਂ। ਪਿੰਡ ਛੱਡ ਚੱਲੀਏ। ਪਾਕਿਸਤਾਨ ਛੱਡਣਾ ਮਨਜ਼ੂਰ ਹੈ ਪਰ ਆਪਣਾ ਧਰਮ ਨਹੀਂ। ਪਰ ਮੈਂ ਪਾਕਿਸਤਾਨ ਨਹੀਂ ਛੱਡਾਂਗਾ ਬਾਊ ਜੀ।